ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ ਸਭ ਦਾ? ਉਮੀਦ ਹੈ ਚੰਗੇ ਹੋਵੋਗੇ। ਅੱਜ ਮੇਰਾ ਬ੍ਰਦਰ ਮਨਪ੍ਰੀਤ ਸਿੰਘ ਆਇਆ ਹੈ ਮੇਰੀ ਹੈਲਪ ਕਰਨ, ਤੁਹਾਨੂੰ ਭੰਗੜਾ ਸਿਖਾਉਣ ਵਾਸਤੇ। ਤੇ ਆਪਾਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ, ਚਲੋ ਸ਼ੁਰੂ ਕਰਦੇ ਹਾਂ। ਜਿਹੜਾ ਆਪਣਾ ਸਟੈਪ ਹੈ ਅੱਜ ਦਾ, ਉਹ ਅੱਠ ਦੀ ਗਿਣਤੀ ਦਾ ਹੈਗਾ। ਇਹ ਸਭ ਤੋਂ ਪਹਿਲੇ ਇਸਦੇ ਤੁਸੀਂ ਪੈਰ ਵੇਖ ਲਓ, ਪੈਰ ਕਿੱਦਾਂ ਚੱਲਣਾ। 1 2 3 4 ਕਰਦੇ, 5 6 7 8। ਹੁਣ ਜੋ ਬਰੀਕੀ ਗੱਲ ਹੈ, ਜਦੋਂ ਆਪਾਂ 1 ਕਹਿਣਾ, 1 ਤੇ ਆਪਾਂ ਹਲਕਾ ਜਿਹਾ ਬੈਂਡ ਲੈਣਾ ਹੈ। 1 ਕਹਿਣਾ, ਹਲਕਾ ਜਿਹਾ ਬੈਂਡ ਲੈ ਕੇ 1 ਕਹਿਣਾ, ਠੀਕ ਹੈ ਜੀ। 1 2 ਤੇ ਸਿੱਧੇ, ਉਹ ਤੋਂ ਬਾਅਦ 3 ਤੇ ਵੀ ਸਿੱਧੇ, ਹੋਰ ਤੇ ਵੀ ਸਿੱਧੇ। ਉਹ ਤੋਂ ਬਾਅਦ ਜਦੋਂ 5 ਕਹਿਣਾ, ਫਿਰ ਹਲਕਾ ਜਿਹਾ ਆਪਾਂ ਬੈਂਡ ਲੈਣਾ ਅਗਲੀ ਸਾਈਡ। 5 6 ਤੇ ਬਿਲਕੁਲ ਸਿੱਧੇ, 7 ਤੇ ਫਿਰ ਹਲਕਾ ਜਿਹਾ ਬੈਂਡ ਲੈਣਾ ਆਪਾਂ ਬੈਕ ਸਾਈਡ, ਸੇਮ ਉੱਦਾਂ ਜਿੱਦਾਂ ਆਪਾਂ 5 ਤੇ ਲਿਖਿਆ ਸੀਗਾ। ਉਹ ਤੋਂ ਬਾਅਦ 8 ਤੇ ਬਿਲਕੁਲ ਆਪਾਂ ਸਿੱਧੇ। ਤੇ ਕਰੀਏ ਜੀ ਹੁਣ ਸਿੰਪਲ ਤਰੀਕੇ ਨਾਲ ਪੈਰ। ਚਲੋ ਜੀ, ਪੈਰ ਵੇਖ ਲਓ ਸਿੰਪਲ ਤਰੀਕੇ ਨਾਲ। 1 2 3 4 5 6 7 8। 1 2 3 4 5 6 7 8। 1 2 3 4 5 6 7 8। ਤੇ ਹੁਣ ਇਸਦੇ ਹੱਥ ਕਿੱਦਾਂ ਚੱਲਣੇ, ਹੱਥ ਦੇਖ ਲਓ, ਹੱਥ ਚੱਲਣੇ 1 2 3 4। ਜਦੋਂ ਆਪਾਂ ਬੰਨ ਕੇ ਬੰਨ ਕੇ ਨਾ ਆਪਾਂ ਤਾੜੀ ਮਾਰਨੀ ਹੈ, ਹੱਥ ਘੁਮਾ ਕੇ ਇੱਦਾਂ ਰੱਖ ਦੇਣਾ ਕਮਰ ਤੇ। ਇਹ ਹੱਥ ਦੀ ਮੂਵਮੈਂਟ ਆਪਣੀ ਜਦੋਂ ਕਮਰ ਤੇ ਆਏਗਾ ਇਸ ਤਰ੍ਹਾਂ ਹੋਏਗੀ, ਓਕੇ। 1 2 ਉਹ ਤੋਂ ਬਾਅਦ 3 4 5 6 7 8 'ਚ ਆਪਣੀ ਤਾੜੀ ਵੱਜਦੀ ਰਹੇਗੀ, ਓਕੇ। ਅਤੇ ਨੋਰਮਲ ਤਰੀਕੇ ਨਾਲ ਹੱਥ ਦੇਖ ਲਓ, 1 2 3 4 5 5 'ਤੇ ਆਪਾਂ ਨੇ ਹਲਕਾ ਜਿਹਾ ਬੈਂਡ ਲੈਣਾ ਹੈ, ਆਹ ਵੇਖ ਲਓ ਅੱਗੇ ਦੀ ਤਰਫ ਥੋੜ੍ਹਾ ਜਿਹਾ ਝੁਕਣਾ ਹੈ ਆਪਾਂ, ਠੀਕ ਹੈ। 5 ਕਹਿ ਕੇ ਉਹ ਤੋਂ ਬਾਅਦ 6 'ਤੇ ਆਪਾਂ ਬੈਕ ਸਾਈਡ ਚਲੇ ਜਾਣਾ, ਬਿਲਕੁਲ ਫੇਸ ਆਪਣਾ ਬੈਕ ਸਾਈਡ ਹੋਏਗਾ, ਬਿਲਕੁਲ ਸਿੱਧੇ ਹੋ ਜਾਣਾ 6। ਉਹ ਤੋਂ ਬਾਅਦ ਜਦੋਂ 7 ਕਹਿਣਾ ਆਪਾਂ, ਜਿੱਦਾਂ 5 'ਤੇ ਆਪਾਂ ਬੈਂਡ ਲਿੱਤਾ ਹੈ, 5 'ਤੇ ਬੈਂਡ ਲਿੱਤਾ ਇਸ ਸਾਈਡ, ਉੱਦਾਂ ਹੀ ਆਪਾਂ 7 'ਤੇ ਬੈਕ ਸਾਈਡ ਬੈਂਡ ਲੈਣਾ 7। ਇਹ ਬੈਂਡ ਫਿਰ ਆਪਾਂ ਇਸ ਸਾਈਡ ਕਰ ਦੇਣਾ ਹੈ। 7 ਤੋਂ ਬਾਅਦ 8 ਬਿਲਕੁਲ ਆਪਣਾ ਸਾਹਮਣੇ ਆ ਗਿਆ, ਬੋਡੀ ਆਪਣੀ ਬਿਲਕੁਲ ਸਾਹਮਣੇ ਆ ਜਾਏਗੀ। ਤੇ ਨੋਰਮਲ ਤਰੀਕੇ ਨਾਲ ਹੱਥ ਵੇਖ ਲਓ ਹੁਣ ਤੁਸੀਂ ਪ੍ਰੋਪਰ ਧਿਆਨ ਨਾਲ, ਤੇ ਕਰੀਏ ਜੀ 1 2 3 4 5 6 7 8। 1 2 3 4 5 6 7 8। 1 2 3 4 5 6 7 8। ਇਹ ਹੋ ਗਈ ਜੀ ਆਪਣੇ ਹੱਥ ਦੇ ਪੈਰ। ਹੁਣ ਆਪਾਂ ਵਧੀਆ ਤਰੀਕੇ ਨਾਲ ਇਸ ਸਟੈਪ ਨੂੰ ਕਰਦੇ ਹਾਂ, ਕਰੀਏ ਜੀ। ਚਲੋ 1 2 3 4 5 6 7 8। 1 2 3 4 5 6 7 8। 1 2 3 4 5 6 7 8। 1 2 3 4 5 6 7 8। 1 2 3 4 5 6 7 8। ਇਹ ਹੋ ਗਿਆ ਜੀ ਅੱਜ ਦਾ ਆਪਣਾ ਸਟੈਪ। ਕੁਝ ਨਹੀਂ ਸਮਝ ਲੱਗਦਾ ਤਾਂ ਕਮੈਂਟ ਕਰੋ, ਅਸੀਂ ਫੋਲ ਕਰਾਂਗੇ। ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਓਕੇ ਜੀ, ਥੈਂਕ ਯੂ, ਸ਼ੁਕਰੀਆ, ਮਿਹਰਬਾਨੀ, ਧੰਨਵਾਦ, ਰੱਬ ਰਾਖਾ।